ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਭ ਦਾ ਸਾਡੇ ਚੈਨਲ ਵਿੱਚ। ਆਓ ਅੱਜ ਦੀ ਨਵੀਂ ਵੀਡੀਓ ਬਾਰੇ ਗੱਲ ਕਰਦੇ ਹਾਂ। ਅੱਜ ਇੱਕ ਐਸੀ ਖਬਰ ਲੈ ਕੇ ਆਏ ਹਾਂ ਜਿਸ ਵਿੱਚ ਇੱਕ ਬੰਦਾ ਪੰਜਾਬ ਪੁਲਿਸ ਦੀ ਕਰਤੂਤ ਅਤੇ ਮੂੰਹ 'ਤੇ ਬੇਇੱਜ਼ਤੀ ਕਰਕੇ ਆਉਂਦਾ ਹੈ ਅਤੇ ਨਾਲ ਹੀ ਪੰਜਾਬ ਵਿੱਚ ਹੋ ਰਹੇ ਗਲਤ ਕੰਮਾਂ 'ਤੇ ਕੈਪਟਨ ਨੂੰ ਵੀ ਲੰਬੇ ਹੱਥੀ ਲੈਂਦਾ ਹੈ। ਵੀਡੀਓ ਵਿੱਚ ਦੋ ਬੱਚੇ ਇਸ ਦੇ ਨਾਲ ਖੜੀਆਂ ਹਨ। ਇਸ ਬੰਦੇ ਦਾ ਨਾਮ ਮਨਦੀਪ ਸਿੰਘ ਮੰਨਾ ਹੈ, ਜੋ ਕਿ ਪੰਜਾਬ ਵਿੱਚ ਇੱਕ ਉੱਘੇ ਇਨਸਾਨ ਹਨ ਜਿਨ੍ਹਾਂ ਨੂੰ ਹਰ ਬੱਚਾ ਬੱਚਾ ਜਾਣਦਾ ਹੈ, ਜਿਨ੍ਹਾਂ ਦੀ ਪਛਾਣ ਦੀ ਲੋੜ ਨਹੀਂ ਕਿਸੇ ਨੂੰ ਵੀ ਦੱਸਣ ਦੀ। ਇਹਨਾਂ ਦੇ ਨਾਲ ਦੋ ਬੱਚੀਆਂ ਖੜੀਆਂ ਹਨ ਜੋ ਕਿ ਵਾਰਦਾਤ ਦਾ ਸ਼ਿਕਾਰ ਬਣ ਗਈਆਂ ਅਤੇ ਨਾਲ ਹੀ ਖੜੀ ਪੁਲਿਸ ਮੂੰਹ ਦੇਖਦੀ ਰਹਿ ਗਈ। ਕੀ ਹੋਈ ਪੂਰੀ ਗੱਲ ਆਓ ਦੱਸਦੇ ਹਾਂ। ਦੋਸਤੋ, ਮੈਂ ਇੱਕ ਅੰਮ੍ਰਿਤਸਰ ਪੁਲਿਸ ਦੀ ਬੇਹੱਦ ਘਿਨਾਉਣੀ ਅਤੇ ਗੈਰ ਜ਼ਿੰਮੇਵਾਰਨਾ ਜਿਹੜੀ ਹਰਕਤ ਹੈ ਉਹ ਤੁਹਾਨੂੰ ਦੱਸਣ ਲੱਗਾ ਕਿ ਇਹ ਅੰਮ੍ਰਿਤਸਰ ਦਾ ਟ੍ਰਿਲੀਅਨ ਮਾਲ ਏਰੀਆ, ਇਹਦੇ ਸਾਹਮਣੇ ਕਾਰਾਂ ਦੀ ਏਜੰਸੀ ਹੈ। ਇੱਥੇ ਤਿੰਨ ਨੌਜਵਾਨ ਕਾਰਾਂ ਦੀ ਏਜੰਸੀ 'ਤੇ ਆਏ, ਉਸ ਤੋਂ ਬਾਅਦ ਉਹਨਾਂ ਬਾਹਰ ਵੇਖਿਆ ਕਿ ਇੱਕ ਮੁੰਡਾ ਮੋਟਰਸਾਈਕਲ 'ਤੇ ਉਹਨੇ ਮੂੰਹ ਆਪਣਾ ਬੰਨਿਆ ਹੋਇਆ ਔਰ ਨੰਬਰ ਪਲੇਟਾਂ ਦੇ ਉੱਤੇ ਅਖਬਾਰ ਦੇ ਕਾਗਜ਼ ਜਿਹੜੇ ਉਹ ਲਾਏ ਹੋਏ ਆ। ਇੱਥੇ ਨਾਕਾ ਲੱਗਾ ਸੀਗਾ, 100 ਮੀਟਰ 100 ਫੁੱਟ ਦੂਰ ਨਹੀਂ ਹੈਗਾ। ਇਹਨਾਂ ਤਿੰਨ ਵਾਰੀ ਆ ਕੇ ਇੱਥੇ ਮੁਲਾਜ਼ਮਾਂ ਨੂੰ ਕਿਹਾ, ਇੱਥੇ ਦੋ ਥਾਣੇਦਾਰ ਸੀਗੇ, ਦੋ ਤਿੰਨ ਸਿਪਾਹੀ ਸੀਗੇ, ਕਿ ਉੱਥੇ ਸ਼ੱਕੀ ਬੰਦਾ ਘੁੰਮ ਰਿਹਾ, ਉਹ ਕੁਝ ਗਲਤ ਲੱਗਦਾ, ਉਹਦੀ ਤਲਾਸ਼ੀ ਲੈ ਲਓ, ਉਹਦੇ ਕੋਲੋਂ ਪੁੱਛ ਗਿੱਛ ਕਰ ਲਓ, ਉਹਦੇ ਨੰਬਰ ਪਲੇਟ ਦੇ ਉੱਤੇ ਜਿਹੜੇ ਕਾਗਜ਼ ਲਪੇਟੇ ਹੋਏ, ਅੱਜ ਕੱਲ੍ਹ ਤਾਂ ਚਲਾਨ ਇੰਨੇ ਮਹਿੰਗੇ ਆ, ਕੁਛ ਨਾ ਕੁਛ ਗਲਤ ਕਰਨ ਦੀ ਫਰਾਕ 'ਚ ਹੈ। ਇਹਨਾਂ ਲੋਕਾਂ ਨੇ ਉੱਥੋਂ ਉੱਥੇ ਜਾਣ ਦੀ, ਉਸ ਬੰਦੇ ਨੂੰ ਰੋਕਣ ਤੱਕ ਦੀ ਹਿੰਮਤ ਨਹੀਂ ਕੀਤੀ। 4 ਵਾਰੀ ਇਹ ਦੁਬਾਰਾ ਆਏ, ਹਾਰ ਕੇ ਕੋਈ ਕਾਰ ਲੈ ਕੇ ਆਏ ਕਿ ਗਰਮੀ ਜ਼ਿਆਦਾ ਹੈ, ਸਾਡੀ ਗੱਡੀ ਦੇ ਵਿੱਚ ਆ ਜਾ, ਅਤੇ ਉੱਥੇ ਕੁਛ ਨਾ ਕੁਛ ਉਹਨੂੰ ਰੋਕਦੇ, ਕੋਈ ਵਾਰਦਾਤ ਹੋ ਜਾਣੀ ਹੈ। ਇਹ ਨਹੀਂ ਮੰਨੇ, ਉਸ ਤੋਂ ਬਾਅਦ ਉਹ ਆਪਣਾ ਮੋਟਰਸਾਈਕਲ ਲੈ ਕੇ ਤੁਰ ਪਿਆ। ਤੁਰਨ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਉਹਦੇ ਪਿੱਛੇ ਆਪਣੀ ਕਾਰ ਲਾਈ ਹੈ ਕਿ ਦੇਖੀਏ ਤਾਂ ਸਹੀ ਹੈ ਕੀ ਕਰਦਾ। ਅੱਗੇ ਗਏ ਅਤੇ ਇਹ ਬੱਚੀਆਂ ਵਿਚਾਰੀਆਂ ਜਾ ਰਹੀਆਂ ਸੀਗੀਆਂ, ਇਹਨਾਂ ਦੀ ਚੈਨੀ ਜਿਹੜੀ ਉਹ ਉਤਾਰ ਕੇ ਭੱਜ ਗਿਆ। ਇਹਨਾਂ ਨੌਜਵਾਨਾਂ ਨੇ ਉਹਦੇ ਮਗਰ ਮੋਟਰਸਾਈਕਲ ਲਾਇਆ, ਉਹਦੇ ਗੱਡੀ ਲਾਈ, ਉਹਦੇ ਮੋਟਰਸਾਈਕਲ 'ਚ ਮਾਰੀ ਹੈ। ਮਨਦੀਪ ਸਿੰਘ ਮੰਨਾ ਦੇ ਕਹਿਣ ਅਨੁਸਾਰ ਨੌਜਵਾਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਇਸ ਬੰਦੇ 'ਤੇ ਸ਼ੱਕ ਹੈ, ਜਿਸ ਦੀ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਟੱਕੀ ਹੋਈ ਹੈ, ਸ਼ਾਇਦ ਇਹ ਕੋਈ ਕਾਰਾ ਨਾ ਕਰ ਦੇਵੇ। ਪਰ ਪੁਲਿਸ ਨੇ ਉਹਨਾਂ ਦੇ ਕਹਿਣ 'ਤੇ ਕੋਈ ਵੀ ਐਕਸ਼ਨ ਨਾ ਲਿਆ, ਜਿਵੇਂ ਕਿ ਪੁਲਿਸ ਸੁੱਤੀ ਰਹਿੰਦੀ ਹੈ ਉਸ ਹਿਸਾਬ ਨਾਲ ਹੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ, ਜਿਸ ਦੇ ਸਿੱਟੇ ਵਜੋਂ ਲੜਕੀ ਦੇ ਗਲੇ ਵਿੱਚੋਂ ਚੇਨ ਖਿੱਚੋ ਸ਼ੱਕੀ ਨੌਜਵਾਨ ਭੱਜ ਗਿਆ। ਮਨਦੀਪ ਸਿੰਘ ਮੰਨਾ ਨੇ ਇਸ ਮੌਕੇ 'ਤੇ ਕੈਪਟਨ ਤੋਂ ਵੀ ਉੱਤਰ ਮੰਗਿਆ ਅਤੇ ਪੁਲਿਸ ਨੂੰ ਵੀ ਧਿੱਕਾਰ ਪਾਈ। ਆਓ ਅੱਗੇ ਵੀਡੀਓ 'ਚ ਦੇਖਦੇ ਹਾਂ ਕਿ ਅੱਗੇ ਹੋਰ ਕੀ ਹੋ ਰਿਹਾ ਹੈ। ਉਹਦੇ ਗੱਡੀ ਲਾਈ, ਉਹਦੇ ਮੋਟਰਸਾਈਕਲ 'ਚ ਮਾਰੀ ਹੈ, ਪਰ ਉਹ ਬਹੁਤ ਤੇਜ਼ੀ ਨਾਲ ਭਜਾ ਕੇ ਲੈ ਗਿਆ। ਅੱਜ ਮੈਂ ਪੁੱਛਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਜਿਸ ਦਿਨ ਉੱਥੇ ਥਾਣੇਦਾਰ ਨੂੰ ਕੁੱਟ ਪਈ ਸੀ ਅਤੇ ਜਿਹੜੇ ਨਾਲ 3-4 ਮੁਲਾਜ਼ਮ ਖੜ੍ਹੇ ਸੀਗੇ, ਤੁਸੀਂ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਸੀਗਾ ਕਿ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਅੱਜ ਇਹਨਾਂ ਨੂੰ ਡਿਸਮਿਸ ਕਰੋਗੇ? ਇਸ ਗਰੀਬ ਦੀ ਚੈਨੀ ਲੱਥੀ ਹੈ, ਇਸ ਬੱਚੀ ਦੀ ਚੈਨੀ ਲੱਥੀ ਹੈ, ਤੇਰੇ ਰਾਜ ਦੇ ਵਿੱਚ ਲੜਕੀਆਂ ਦੇ ਨਾਲ ਧੱਕਾ ਹੋ ਰਿਹਾ, ਨੌਜਵਾਨਾਂ ਦੀਆਂ ਬੱਚੀਆਂ ਦੀਆਂ ਚੈਨੀਆਂ ਲੱਥ ਰਹੀਆਂ, ਲੋਕ ਇਹਨਾਂ ਨਾਲ ਗੁੰਡੇ ਬਦਸਲੂਕੀ ਕਰਦੇ ਨੇ, ਕੀ ਇਹਨਾਂ ਬੰਦਿਆਂ ਨੂੰ ਵੀ ਅੱਜ ਸਸਪੈਂਡ ਕਰੋਗੇ? ਪੁਲਿਸ ਤੇ ਪੁਲਿਸ ਜਿਹੜੀ ਹੈ ਸਿਰਫ ਤੇ ਸਿਰਫ ਤਨਖਾਹਾਂ ਲੈਣ ਨੂੰ ਤੇ ਰਿਸ਼ਵਤ ਲੈਣ ਨੂੰ ਰੱਖੀ ਹੈ, ਨਾ ਇਹਨਾਂ ਕੋਲ ਚੈਨੀ ਚੋਰੀ ਰੁਕੇ, ਨਾ ਇਹਨਾਂ ਕੋਲ ਖੋਹ ਰੁਕਣ, ਨਾ ਇਹਨਾਂ ਕੋਲ ਕਤਲ ਰੁਕਣ, ਨਾ ਇਹਨਾਂ ਕੋਲ ਦੜਾ ਸੱਟਾ ਰੁਕੇ, ਫਿਰ ਪੁਲਿਸ ਕਿਹੜੇ ਕੰਮ ਨੂੰ ਰੱਖੀ? ਲੋਕਾਂ ਦਾ ਟੈਕਸ ਕੱਟ ਕੱਟ ਕੇ ਇਹਨਾਂ ਨੂੰ ਦਿੰਦੇ ਹੋ? ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਂਦੇ ਰੋਕ ਸਕਦੇ ਹੋ? ਅਸਲੀ ਪਟਾਕੇ ਚੱਲਦੇ ਜਿਹੜੇ ਤੁਹਾਡੇ ਕੋਲ ਰੋਕੇ ਨਹੀਂ ਜਾਂਦੇ? ਇਹਨਾਂ ਗਰੀਬਾਂ ਨਾਲ ਇਨਸਾਫ ਹੋਊਗਾ? ਇਹ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ, ਇਹ ਮੁਲਾਜ਼ਮ ਵੀ ਡਿਸਮਿਸ ਕਰਨੇ ਬਣਦੇ ਆ ਜਿਹੜਾ ਬੰਦਾ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ। ਅਤੇ ਕੈਪਟਨ ਸਾਹਿਬ, ਇੱਕ ਨਿਗਾਹ ਨਾਲ ਸਾਰਿਆਂ ਨੂੰ ਵੇਖਿਆ ਕਰੋ, ਕਹਿੰਦੇ ਤਾਂ ਤੁਸੀਂ ਰਾਜਿਆਂ ਮਹਾਰਾਜਿਆਂ ਦੇ ਖਾਨਦਾਨ ਦੇ ਵਿੱਚੋਂ ਕਿ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਦੇਵਾਂਗੇ, ਉਹ ਤਾਂ ਸਾਰੀ ਦੁਨੀਆ ਨੂੰ ਇੱਕ ਅੱਖ ਨਾਲ ਵੇਖਦਾ ਸੀਗਾ। ਕੀ ਇਹਨਾਂ ਬੱਚੀਆਂ ਨਾਲ ਇਨਸਾਫ ਹੋਊਗਾ? ਪੰਜਾਬ ਦੇ ਲੋਕਾਂ ਨਾਲ ਇਨਸਾਫ ਹੋਊਗਾ? ਇਹ ਲੁੱਟ ਖੋ ਨਿੱਤ ਦਿਹਾੜੇ ਦਾ ਕੰਮ ਬਣ ਗਿਆ, ਗਰੀਬ ਲੋਕ ਤੰਗ ਆ ਚੁੱਕੇ ਆ। ਇਹ ਅੰਮ੍ਰਿਤਸਰ ਪੁਲਿਸ ਦੀ ਅੱਜ ਜਿਹੜੀ ਘਿਨਾਉਣੀ ਹਰਕਤ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ, ਤੁਹਾਨੂੰ ਲੋਕਾਂ ਨੂੰ ਜਾਗਣਾ ਪੈਣਾ, ਨਹੀਂ ਤੇ ਬੱਚੀਆਂ ਦੀਆਂ ਚੈਨੀਆਂ, ਬੱਚੀਆਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਹੁੰਦਾ ਰਹਿਣਾ ਵਾ। ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ ਲੋਕਾਂ ਨੂੰ ਕਿਹਾ ਸੀਗਾ ਕਿ ਮੈਂ ਮੋਬਾਈਲ ਫੋਨ ਵੰਡਣੇ ਆ, ਤੁਸੀਂ ਤੇ ਮੋਬਾਈਲ ਫੋਨ ਕੀ ਲੈ ਕੇ ਦੇਣੇ ਸੀ ਜਿਹੜੇ ਇਹਨਾਂ ਦੇ ਮਾਂ ਪਿਓ ਲੈ ਕੇ ਦਿੰਦੇ ਆ? ਤੁਸੀਂ ਤੇ ਉਹ ਵੀ ਖਵਾਉਣੇ ਸ਼ੁਰੂ ਕਰ ਦਿੱਤੇ ਆ, ਸ਼ਰਮ ਆਉਣੀ ਚਾਹੀਦੀ ਆ ਸਰਕਾਰ ਨੂੰ। ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਤਾਂ ਮਨਦੀਪ ਸਿੰਘ ਮੰਨਾ ਦੀ ਇਸ ਦਲੇਰੀ ਭਰੀ ਵੀਡੀਓ ਨੂੰ ਬਹੁਤ ਸ਼ੇਅਰ ਕਰਨਾ ਤਾਂ ਜੋ ਕੈਪਟਨ ਦੇ ਕੰਨਾਂ ਤੱਕ ਪਹੁੰਚ ਸਕੇ ਅਤੇ ਉਹ ਇਹਨਾਂ ਪੁਲਿਸ ਵਾਲਿਆਂ ਨੂੰ ਵੀ ਸਜ਼ਾ ਦੇ ਸਕੇ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹਨਾਂ ਮੁਲਾਜ਼ਮਾਂ ਨੇ ਇੰਨੀ ਲਾਪਰਵਾਹੀ ਕੀਤੀ ਜਿਸ ਨਾਲ ਲੜਕੀ ਨਾਲ ਇਹ ਕਾਰਾ ਵਾਪਰ ਗਿਆ, ਉਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਹੈ ਕਿ ਨਹੀਂ? ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਹੁਣੇ ਸਬਸਕ੍ਰਾਈਬ ਕਰ ਲੈਣਾ। ਧੰਨਵਾਦ ਦੋਸਤੋ।